ਸਸੀ ਕਾਲਜੀ ਸਾਰਿਆਂ ਨੂੰ ਅੱਜ ਸੀ ਗੱਲ ਕਰਾਂਗੇ ਸਟ੍ਰਾਬਰੀ ਖਾਣ ਦੇ ਫਾਇਦਿਆਂ ਦੇ ਬਾਰੇ ਵਿੱਚ ਇਸ ਨੂੰ ਖਾਣ ਦਾ ਤਰੀਕਾ ਕੀ ਹੈ ਤੇ ਕਿਹਨਾਂ ਲੋਕਾਂ ਨੂੰ ਇਹ ਖਾਣੀ ਚਾਹੀਦੀ ਹੈ ਅਤੇ ਕਿਹਨਾਂ ਨੂੰ ਇਹ ਅਵੋਇਡ ਕਰਨੀ ਚਾਹੀਦੀ ਹੈ ਤੇ ਭਾਰ ਘਟਾਉਣ ਵਾਲੇ ਲੋਕ ਇਸ ਦਾ ਇਸਤੇਮਾਲ ਕਿਸ ਤਰ੍ਹਾਂ ਕਰ ਸਕਦੇ ਹਨ ਸਟ੍ਰਾਬਰੀ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ ਚੰਗੀ ਤਰ੍ਹਾਂ ਧੋ ਲਵੋ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਫਾਇਦਿਆਂ ਦੀ ਬਜਾਏ ਕਈ ਨੁਕਸਾਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਹਿੰਦੋਂ ਦੇਤਾ ਤੁਹਾਨੂੰ ਟਾਈਫਾਇਡ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਪੇਟ ਖਰਾਬ ਹੋ ਸਕਦਾ ਹੈ ਅਤੇ ਗੈਸ ਵਰਗੀ ਪ੍ਰੋਬਲਮ ਵੀ ਆ ਸਕਦੀ ਹੈ ਖਾਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਧੋ ਲਵੋ ਜੇਕਰ ਹੋ ਸਕਦਾ ਹੈ ਤਾਂ ਇਸ ਨੂੰ ਕੁਝ ਸਮਾਂ ਪਾਣੀ ਵਿੱਚ ਰੱਖੋ ਅਤੇ ਉਸ ਤੋਂ ਬਾਅਦ ਕੱਢ ਕੇ ਇਸ ਦਾ ਇਸਤੇਮਾਲ ਕਰੋ ਉਹਨੇ ਗੱਲ ਕਰਦੀਆਂ ਸਟਰਾਬਰੀ ਖਾਣ ਦੇ ਫਾਇਦਿਆਂ ਦੇ ਬਾਰੇ ਦੇ ਵਿੱਚ 100 ਗ੍ਰਾਮ ਸਟਰਾਬਰੀ ਦੇ ਅੰਦਰ ਸਿਰਫ 40 ਕੈਲਰੀ ਸੀ ਹੁੰਦੀਆਂ ਹਨ ਅਤੇ 10 ਗ੍ਰਾਮ ਕਾਰਬੋਹਾਈਡਰੇਟ ਦੀ ਮਾਤਰਾ ਹੁੰਦੀ ਹੈ ਇਸ ਦੇ ਅੰਦਰ ਫੈਟ ਦੀ ਮਾਤਰਾ ਬਿਲਕੁਲ ਵੀ ਨਹੀਂ ਹੁੰਦੀ ਅਰਕਟੋਨ ਵਾਲਿਆਂ ਲਈ ਇਹ ਬਿਹਤਰੀ ਫਾਇਦੇਮੰਦ ਹੈ ਕਿਉਂਕਿ ਇਸ ਦੇ ਅੰਦਰ ਕੈਲਰੀਜ਼ ਦੀ ਮਾਤਰਾ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਜੋ ਲੋਕ ਆਪਣੇ ਮੋਟਾਪੇ ਨੂੰ ਘਟਾਉਣਾ ਚਾਹੁੰਦੇ ਹਨ ਉਹ ਇਸ ਨੂੰ ਆਪਣੀ ਡਾਈਟ ਦੇ ਅੰਦਰ ਸ਼ਾਮਲ ਕਰ ਸਕਦੇ ਹਨ ਇਸ ਦੇ ਅੰਦਰ ਵਿਟਾਮਿਨ ਸੀ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ ਸਾਡੀ ਬੋਡੀ ਨੂੰ ਪੂਰੇ ਦਿਨ ਦੇ ਅੰਦਰ 40 ਮਿਲੀਗ੍ਰਾਮ ਵਿਟਾਮਿਨ ਸੀ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਦੇ ਅੰਦਰ 42 ਮਿਲੀਗ੍ਰਾਮ ਵਿਟਾਮਿਨ ਸੀ ਮੌਜੂਦ ਹੁੰਦਾ ਹੈ ਸਟ੍ਰਾਬਰੀ ਤੋਂ ਪੂਰੇ ਦਿਨ ਦੀ ਰਿਕੁਆਇਰਮੈਂਟ ਪੂਰੀ ਹੋ ਸਕਦੀ ਹੈ ਵਿਟਾਮਿਨ ਸੀ ਦੀ। ਇਹ ਵਿਟਾਮਿਨ ਸੀ ਤਾਂ ਤੁਹਾਨੂੰ ਪਤਾ ਹੀ ਹੈ ਸਾਡੀ ਸਕਿਨ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ ਅਤੇ ਸਾਡੀ ਇਮਿਊਨਿਟੀ ਨੂੰ ਵੀ ਇਹ ਬੂਸਟ ਕਰਦਾ ਹੈ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਸਾਨੂੰ ਪ੍ਰੋਟੈਕਟ ਕਰਕੇ ਰੱਖਦਾ ਹੈ। ਇਹ ਸਾਡੀ ਬੋਡੀ ਦੇ ਅੰਦਰੋਂ ਕ੍ਰੈਸਟੋਲ ਨੂੰ ਘੱਟ ਕਰਨ ਵਿੱਚ ਵੀ ਫਾਇਦੇਮੰਦ ਹੈ ਕਿਉਂਕਿ ਇਸ ਦੇ ਅੰਦਰ ਫਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ। ਸਟਰਾਬਰੀ ਨੂੰ ਅਕਸਰ ਕੀਟੋ ਡਾਈਟ ਦੇ ਅੰਦਰ ਵੀ ਸ਼ਾਮਲ ਕੀਤਾ ਜਾਂਦਾ ਹੈ ਕਿਉਂਕਿ ਇਸ ਦੇ ਅੰਦਰ 슈ਗਰ ਦੀ ਮਾਤਰਾ ਬਹੁਤ ਹੀ ਘੱਟ ਹੈ ਇਨਾ ਲੋਕਾਂ ਦੀ ਅੰਦਰ ਆਇਰਨ ਦੀ ਕਮੀ ਹੈ ਤੇ ਉਹ ਇਸ ਨੂੰ ਦੂਰ ਕਰਨਾ ਕਰਨਾ ਚਾਹੁੰਦੇ ਹਨ ਉਹਨਾਂ ਲਈ ਵੀ ਸਟਰਾਬਰੀ ਬਹੁਤ ਹੀ ਵਧੀਆ ਆਪਸ਼ਨ ਹੈ ਇਹ ਐਂਟੀਆਕਸੀਡੈਂਟਾਂ ਦੇ ਨਾਲ ਭਰਪੂਰ ਹੁੰਦੀ ਹੈ ਐਂਟੀਆਕਸੀਡੈਂਟ ਸਾਡੀ ਬੋਡੀ ਦੇ ਅੰਦਰ ਜਾ ਕੇ ਸਾਨੂੰ ਜਵਾਨ ਬਣਾਈ ਰੱਖਦੇ ਹਨ ਸਾਨੂੰ ਬੁੱਢਾ ਨਹੀਂ ਹੋਣ ਦਿੰਦੇ ਇਹ ਸਾਡੀ ਬੋਡੀ ਦੇ ਅੰਦਰੋਂ ਬੈਡ ਟੌਕਸਿਨਾਂ ਨੂੰ ਰਿਮੂਵ ਕਰਦੇ ਹਨ ਇਹ ਸਾਡੀ ਹਾਰਟ ਹੈਲਥ ਲਈ ਵੀ ਬੇਹਦ ਹੀ ਫਾਇਦੇਮੰਦ ਹੈ ਕਿ ਇਸ ਦੇ ਅੰਦਰ ਫਾਈਬਰ ਦੀ ਮਾਤਰਾ ਭਰਪੂਰ ਹੁੰਦੀ ਹੈ ਹਾਈ ਫਾਈਬਰ ਫੂਡ ਹੋਣ ਦੇ ਕਾਰਨ ਇਹ ਸਾਡੀ ਬੋਡੀ ਦੇ ਅੰਦਰ ਕਬਜ਼ ਨੂੰ ਵੀ ਨਹੀਂ ਹੋਣ ਦਿੰਦੀ ਕਬਜ਼ ਵਿੱਚ ਵੀ ਇਹ ਬੇਹਦੀ ਫਾਇਦੇਮੰਦ ਹੈ ਡਾਇਬੀਟਿਸ ਦੇ ਪੇਸ਼ੈਂਟ ਲਈ ਵੀ ਸਟਰਾਬਰੀ ਬੇਹੱਦ ਹੀ ਫਾਇਦੇਮੰਦ ਹੈ ਕਿਉਂਕਿ ਇਸ ਦਾ ਗਲਾਈਸੈਮਿਕ ਇੰਡੈਕਸ ਬਹੁਤ ਹੀ ਲੋ ਹੁੰਦਾ ਹੈ। ਇਹ ਪੇਸ਼ੈਂਟ ਵੀ ਇਸ ਨੂੰ ਆਪਣੀ ਡਾਈਟ ਦੇ ਅੰਦਰ ਸ਼ਾਮਲ ਕਰ ਸਕਦੇ ਹਨ ਤੇ ਇਸ ਦੇ ਅੰਦਰ 슈ਗਰ ਦੀ ਮਾਤਰਾ ਵੀ ਬਹੁਤ ਹੀ ਘੱਟ ਹੁੰਦੀ ਹੈ। ਆਪਣੇ ਮਿੱਠੇ ਦੀ ਕਰੀਵਿੰਗ ਨੂੰ ਦੂਰ ਕਰਨ ਲਈ ਉਹ ਇਸ ਦਾ ਇਸਤੇਮਾਲ ਕਰ ਸਕਦੇ ਹਨ। ਇਹ ਸਾਡੀਆਂ ਬones ਨੂੰ ਵੀ ਸਟਰੈਂਥ ਦਿੰਦੀ ਹੈ। ਭਾਰ ਨੂੰ ਘਟਾਉਣ ਵਾਲੇ ਲੋਕ ਸਟ੍ਰੌਬਰੀ ਦਾ ਜੂਸ ਬਣਾ ਕੇ ਆਪਣੀ ਡਾਈਟ ਦੇ ਅੰਦਰ ਇਸ ਨੂੰ ਸ਼ਾਮਲ ਕਰ ਸਕਦੇ ਹਨ ਇਸ ਨਾਲ ਸਾਡਾ ਪੇਟ ਵੀ ਭਰ ਜਾਂਦਾ ਹੈ ਤੇ ਵਾਰ-ਵਾਰ ਕਰੀਵਿੰਗ ਵੀ ਨਹੀਂ ਹੁੰਦੀ ਠੰਡਾ ਪੀਣ ਦੀ ਤਾਂ ਫਿਰ ਕੁਝ ਖਾਣ ਦੀ ਸਟ੍ਰੌਬਰੀ ਇੱਕ ਅਜੀਹਾ ਫੂਡ ਹੈ ਜਿਸ ਨੂੰ ਤੁਸੀਂ ਰਾਤ ਨੂੰ ਵੀ ਲੈ ਸਕਦੇ ਹੋ ਪਰ ਜ਼ਿਆਦਾ ਬਿਹਤਰ ਹੈ ਕਿ ਤੁਸੀਂ ਇਸ ਨੂੰ ਨਾਸ਼ਤੇ ਤੋਂ ਪਹਿਲਾਂ ਲਵੋ ਤਾਂ ਇਹ ਜ਼ਿਆਦਾ ਫਾਇਦਾ ਕਰੇਗਾ ਹੁਣ ਗੱਲ ਕਰਦੇ ਹਾਂ ਕਿ ਕਿਹਨਾ ਲੋਕਾਂ ਨੂੰ ਸਟ੍ਰੌਬਰੀ ਨੂੰ ਅਵੋਇਡ ਕਰਨਾ ਚਾਹੀਦਾ ਹੈ ਇਹਨਾਂ ਲੋਕਾਂ ਨੂੰ ਐਸਿਡਿਟੀ ਦੀ ਪ੍ਰੋਬਲਮ ਰਹਿੰਦੀ ਹੈ ਉਹ ਲੋਕ ਸਟਰਾਬਰੀ ਨੂੰ ਅਵੋਇਡ ਕਰਨ ਜਾਂ ਫਿਰ ਜਿਨ੍ਹਾਂ ਦੇ ਪੇਟ ਦੇ ਅੰਦਰ ਜਲਣ ਰਹਿੰਦੀ ਹੈ ਸੀਨੇ ਦੇ ਅੰਦਰ ਜਲਣ ਰਹਿੰਦੀ ਹੈ ਤੇ ਜਾਬ ਬਣਦੀ ਹੈ ਉਹ ਲੋਕ ਵੀ ਸਟਰਾਬਰੀ ਦਾ ਇਸਤੇਮਾਲ ਨਾ ਕਰਨ ਨਾ ਲੋਕਾਂ ਨੂੰ ਛੱਡ ਕੇ ਬਾਕੀ ਸਭ ਲੋਕ ਇਸ ਦਾ ਇਸਤੇਮਾਲ ਕਰ ਸਕਦੇ ਹਨ ਇਸ ਨੂੰ ਇੱਕ ਸੁਪਰ ਫੂਡ ਕਿਹਾ ਜਾ ਸਕਦਾ ਹੈ ਇਸ ਦੇ ਅਨੇਕਾਂ ਹੀ ਫਾਇਦੇ ਹਨ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੀ ਅਤੇ ਚੈਨਲ ਨੂੰ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੀ